ਇਸ ਵਾਰ ਵੀ ਭਾਜਪਾ ਦਾ ਹੀ ਜ਼ੋਰ ਵੀ ਹੈਗਾ ਵਾ, ਲੇਕਿਨ ਕਾਂਗਰਸ ਦਾ ਵੀ ਹੈਗਾ, ਆਮ ਆਦਮੀ ਪਾਰਟੀ ਦਾ ਵੀ ਜ਼ੋਰ ਹੈ। ਆਮ ਆਦਮੀ ਪਾਰਟੀ ਦੇ ਕੰਮ ਵਧੀਆ ਲੱਗ ਰਹੇ ਆ ਜੀ। ਅੱਛਾ, ਵਧੀਆ ਲੱਗ। ਹਾਂਜੀ, ਕਾਰਨ ਸਭ ਕੁਛ ਵਧੀਆ ਹੋ ਰਿਹਾ। ਬਿਜਲੀ ਦੇ ਬਿੱਲ ਜਿੱਦਾਂ ਜੀਰੋ ਆਏ ਆ ਸਾਰਿਆਂ ਦੇ, ਪਸੰਦ ਕੀ ਹੈ ਇਹਦੇ? ਜਨਤਾ ਪਾਰਟੀ ਹੈ ਜ਼ਿਆਦਾ, ਜਨਤਾ ਪਾਰਟੀ। ਅਸੀਂ ਅੱਜ ਤਾਂ ਮੋਦੀ ਜੀ ਨੂੰ ਹੀ ਪਾਉਣੀ ਹੈ ਜੀ, ਮੋਦੀ ਜੀ ਨੂੰ, ਉਹਨਾਂ ਨੂੰ ਪਾਉਣਾ ਬਿਹਤਰ ਸਮਝਦੇ ਹਾਂ ਜੀ ਅਸੀਂ। ਅਸਰ ਕਿਹਦਾ ਜ਼ੋਰ ਆ ਫਿਰ ਉੱਥੇ? ਬੀਜੇਪੀ ਦਾ। ਹਾਂਜੀ, ਬੀਜੇਪੀ। ਅਸੀਂ ਤਾਂ ਅਕਾਲੀ ਦਲ ਨੂੰ ਬਿਲੋਂਗ ਕਰ ਰਹੇ ਹਾਂ। ਲੋਕ ਸਭਾ ਹਲਕਾ ਹੁਸ਼ਿਆਰਪੁਰ ਜੋ ਕਿ ਪੰਜਾਬ ਦਾ ਇੱਕ ਬੜਾ ਇੰਪੋਰਟੈਂਟ ਹਲਕਾ ਮੰਨਿਆ ਜਾਂਦਾ ਹੈ, ਤਾਂ ਇਸ ਦੇ ਇੱਕ ਹਲਕਾ ਫਗਵਾੜਾ 'ਚ ਖੜ੍ਹੇ ਹਾਂ, ਤਾਂ ਫਗਵਾੜਾ ਨੂੰ NRI ਬੈਲਟ ਦੇ ਨਾਂ 'ਤੇ ਵੀ ਜਾਣਿਆ ਜਾਂਦਾ ਹੈ। ਤਾਂ ਇਸ ਵਾਰ ਰਾਜਕੁਮਾਰ ਚੱਬੇਵਾਲ ਇੱਥੋਂ ਕਾਂਗਰਸ ਤੋਂ ਜਿਹੜੇ ਆਮ ਆਦਮੀ ਪਾਰਟੀ 'ਚ ਗਏ ਨੇ, ਤਾਂ ਲੋਕਾਂ ਦਾ ਦਿਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਭਾਅ ਜੀ, ਫਿਰ ਕਿੱਦਾਂ ਜ਼ੋਰ ਹੈ ਜੀ, ਕਿਹਨੂੰ ਪਸੰਦ ਕਰ ਰਹੇ ਜੀ ਲੋਕ? ਸਾਰੇ ਲੋਕ, ਸਾਰੇ ਹਰੇਕ ਬੰਦੇ ਨੂੰ ਪਸੰਦ ਕਰ ਰਹੇ ਆ, ਲੇਕਿਨ ਹਰ ਬੰਦੇ ਦਾ ਜ਼ੋਰ ਹੈਗਾ ਇੱਥੇ। ਬਾਕੀ ਟਾਈਮ ਆਏ ਤਾਂ ਪਤਾ ਲੱਗੇਗਾ। ਸ਼ੋਰ ਕੋਈ ਨਹੀਂ ਹੈਗਾ ਵਾ ਵੀ ਕੌਣ ਜਿੱਤੇਗਾ, ਠੀਕ ਹੈ ਨਾ? ਭਾਜਪਾ ਪਹਿਲੇ ਜਿੱਤੀ ਇੱਥੋਂ ਵੈਸੇ? ਇਸ ਵਾਰ ਵੀ ਭਾਜਪਾ ਦਾ ਹੀ ਜ਼ੋਰ ਵੀ ਹੈਗਾ ਵਾ, ਲੇਕਿਨ ਕਾਂਗਰਸ ਦਾ ਵੀ ਹੈਗਾ, ਆਮ ਆਦਮੀ ਪਾਰਟੀ ਦਾ ਵੀ ਜ਼ੋਰ ਹੈਗਾ ਵਾ। ਜ਼ੋਰ ਸਾਰਿਆਂ ਦਾ, ਜਿਹੜਾ ਚੰਗੇ ਕੰਮ ਕਰੂਗਾ ਉਹੀ ਹੈ। ਤੁਹਾਡੀ ਬੈਲਟ ਬੜੀ VIP ਹੈ ਨਾ, NRI ਬੈਲਟ ਮੰਨੀ ਜਾਂਦੀ ਫਗਵਾੜਾ? ਹੈਗੀ ਹੈ, ਬਿਲਕੁਲ ਬਿਲਕੁਲ NRI ਸੇ ਤੇ ਫਗਵਾੜਾ। ਪਰ ਪਸੰਦ ਕੀ ਹੈ? ਜੋ ਅੱਛੇ ਕੰਮ ਕਰਦਾ ਉਹ ਪਸੰਦ ਹੈ ਜੀ, ਕਿਹਦੀ ਗੱਲ ਹੈ ਜੀ। ਬਿਲਕੁਲ, ਤਾਂ ਤੁਸੀਂ ਵੇਖ ਸਕਦੇ ਹੋ ਕਿ ਚੰਗੇ ਕੰਮ ਕਰਨ ਵਾਲੇ ਨੂੰ ਪਸੰਦ ਹੈ। ਲੋਕਾਂ ਨਾਲ ਗੱਲਬਾਤ ਕਰਾਂਗੇ। ਭਾਅ ਜੀ, ਫਿਰ ਐਤਕੀ ਕਿਹੜੀ ਪਾਰਟੀ ਪਸੰਦ ਹੈ ਜੀ? ਪਾਰਟੀ ਆਪਾਂ ਨੂੰ ਆਮ ਆਦਮੀ ਪਾਰਟੀ ਦੇ ਕੰਮ ਵਧੀਆ ਲੱਗ ਰਹੇ ਆ ਜੀ। ਅੱਛਾ, ਵਧੀਆ ਲੱਗ। ਹਾਂਜੀ, ਕਾਰਨ ਸਭ ਕੁਛ ਵਧੀਆ ਹੋ ਰਿਹਾ। ਬਿਜਲੀ ਦੇ ਬਿੱਲ ਜਿੱਦਾਂ ਜੀਰੋ ਆਏ ਆ ਸਾਰਿਆਂ ਦੇ, ਨਹੀਂ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਬਿਜਲੀ ਦਾ ਬਿੱਲ ਹੀ ਇੰਨਾ ਆ ਜਾਂਦਾ ਲੋਕਾਂ ਨੂੰ, ਜਾਂ ਹੋਰ ਦੁਕਾਨਦਾਰ, ਅਸੀਂ ਵੀ ਦੁਕਾਨਦਾਰ ਬੰਦੇ ਹਾਂ ਅੰਕਲ, ਉਹਨਾਂ ਨੂੰ ਪੁੱਛ ਕੇ ਦੇਖ ਲਓ, ਇੱਕ ਤਾਂ ਦੁਕਾਨ ਦਾ ਬਿੱਲ ਅਲੱਗ ਕੱਟਣਾ, ਇੱਕ ਘਰ ਦਾ ਅਲੱਗ ਕੱਟਣਾ, ਬਹੁਤ ਵਧੀਆ ਹੋ ਰਿਹਾ ਆ। ਹਾਂਜੀ, ਭਾਅ ਜੀ ਕੀ ਕਹਿਣਾ ਚਾਹੋਗੇ? ਜੋ ਕਹਿ ਰਹੇ ਠੀਕ ਕਹਿ ਰਹੇ ਜੀ। ਅੱਛਾ, ਜੋ ਇਹ ਕਹਿ ਰਹੇ ਠੀਕ ਕਹਿ ਰਹੇ। ਪੈਸੇ ਭਾਜਪਾ ਦੀ ਸੀਟ ਮੰਨੀ ਜਾਂਦੀ ਹੈ? ਚਲੋ ਮਿਲ ਜੇ, ਉਹ ਵੀ ਮਿਲ ਜੇ, ਬੜੀ ਗੱਲ ਨਹੀਂ, ਆਪਾਂ ਨੂੰ ਕੋਈ ਇਤਰਾਜ ਹੈ ਕੋਈ? ਅੱਛਾ, ਪਰ ਤੁਹਾਡੀ ਵੋਟ? ਸਾਡੀ ਵੋਟ ਜਿੱਥੇ ਮਾਲਕ ਰੱਖੋ। ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ। ਹਾਂਜੀ, ਜਿੱਥੇ ਦੇਖਾਂਗੇ ਪਾਵਾਂਗੇ ਟਾਈਮ ਦੇ ਹਿਸਾਬ ਨਾਲ। ਬਿਲਕੁਲ, ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਪਸੰਦ ਹੋਵਾਂਗੇ ਉੱਥੇ ਪਾਵਾਂਗੇ। ਗੱਲ ਕਰ ਰਹੇ ਨੇ ਤਾਂ ਭਾਈ ਸਾਹਿਬ ਸਿਰੇ ਸਿਰੇ ਦੁਕਾਨ ਲਾ ਰਹੇ। ਭਾਅ ਜੀ ਕੀ ਹਾਲ ਚਾਲ ਜੀ? ਭਾਈ, ਫਿਰ ਵੋਟ ਫਿਰ ਕਿਹਨੂੰ ਪਾਣੀ, ਕਿਹੜੀ ਪਾਰਟੀ ਦਾ ਜ਼ੋਰ ਇੱਥੇ? ਪਾਰਟੀ ਸਭ ਦਾ ਜ਼ੋਰ, ਜਿੰਨੇ ਕੰਮ ਕੀਤੇ ਉਹੀ ਜਿੱਤੇਗਾ ਜੀ। ਨਹੀਂ, ਫਿਰ ਵੀ ਕਿੰਨੇ ਕੰਮ ਕੀਤੇ? ਕੰਮ ਤਾਂ ਹੋਏ ਆ, ਸੈਂਕਟੇਬਲ ਕੰਮ ਹੋਏ ਆ, ਬਾਕੀ ਦੇਖੋ ਮੌਕੇ ਦੀ ਲਿਆਕਤ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੌਕੇ ਨਜ਼ਾਕਤ ਦੀ ਗੱਲ ਕੀਤੀ ਜਾ ਰਹੀ ਹੈ। ਕੁਛ ਹੋਰ ਵੀ ਦੁਕਾਨਦਾਰ ਵੀਰ ਮੌਜੂਦ ਨੇ, ਕਿਉਂਕਿ ਦੁਕਾਨਦਾਰ ਕੋਲ ਸਭ ਤੋਂ ਜ਼ਿਆਦਾ ਸੱਚ ਦੁਕਾਨਦਾਰ ਕੋਲ ਹੁੰਦਾ। ਭਾਅ ਜੀ, ਫਿਰ ਕਿਹੜੀ ਪਾਰਟੀ ਪਸੰਦ ਹੈ ਜੀ, ਕਿਹਦਾ ਜ਼ੋਰ ਹੈ ਅੱਜ ਕੱਲ੍ਹ ਫਗਵਾੜੇ 'ਚ? ਇਹ ਮਾੜਾ ਕੋਈ ਕੁਛ ਨਹੀਂ ਕਹਿ ਸਕਦੇ, ਵੋਟਾਂ ਬਹਿਣਗੀਆਂ ਪਤਾ ਲੱਗੂਗਾ ਇਹ ਹੁਣ। ਅੱਛਾ, ਵੈਸੇ ਕਿਹੜੀ ਪਾਰਟੀ ਦਾ ਜ਼ੋਰ ਹੈ, ਕੀ ਪਸੰਦ ਕੀ ਹੈ? ਇਹਦੇ ਜਨਤਾ ਪਾਰਟੀ ਹੈ ਜ਼ਿਆਦਾ, ਜਨਤਾ ਪਾਰਟੀ। ਹਾਂਜੀ, ਬਿਲਕੁਲ ਜਨਤਾ ਪਾਰਟੀ ਦੇ ਬਾਰੇ ਗੱਲ ਕਰ ਰਹੇ ਨੇ। ਹਾਂਜੀ ਭਾਅ ਜੀ, ਫਿਰ ਕਿਹਦਾ ਜ਼ੋਰ ਹੈ ਜੀ? ਬੋਲਦਾ ਤੇ ਝਾੜੂ ਦਾ। ਝਾੜੂ ਦਾ? ਹਾਂਜੀ। ਕਾਰਨ? ਕਾਰਨ ਵੈਸੇ ਹੀ ਮੰਗਾਈ ਹੋਈ ਆ, ਕਿਹਦੀ ਝਾੜੂ ਆਊਗਾ। ਹਾਂਜੀ ਭਾਅ ਜੀ, ਕਿਹਦਾ ਜ਼ੋਰ ਹੈ? ਸਾਨੂੰ ਤਾਂ ਭਾਅ ਜੀ ਸ਼ਹਿਰ ਦਾ ਵਿਕਾਸ ਚਾਹੀਦਾ ਜੀ। ਜਿਹੜੀ ਮਰਜ਼ੀ ਪਾਰਟੀ ਅੱਗੇ ਆਵੇ, ਚਾਹੇ ਭਾਜਪਾ ਆਵੇ, ਚਾਹੇ ਅਕਾਲੀ ਆਉਣ ਅਤੇ ਚਾਹੇ ਕਾਂਗਰਸ ਆਵੇ ਜੀ, ਸਾਨੂੰ ਤਾਂ ਸ਼ਹਿਰ ਦਾ ਵਿਕਾਸ। ਵੋਟ ਪਾਣੀ ਹੈ? ਹਾਂਜੀ, ਵੋਟ ਕਿਹਨੂੰ ਪਾਣੀ ਹੈ ਦੱਸੋ ਤੁਸੀਂ, ਕਿ ਜਿੱਧਰ? ਵੈਸੇ ਅਸੀਂ ਤਾਂ ਮੋਦੀ ਜੀ ਨੂੰ ਹੀ ਪਾਉਣੀ ਹੈ ਜੀ, ਮੋਦੀ ਜੀ ਨੂੰ। ਉਹਨਾਂ ਨੂੰ ਪਾਉਣਾ ਬਿਹਤਰ ਸਮਝਦੇ ਹਾਂ ਜੀ ਅਸੀਂ, ਕਿਉਂਕਿ ਉਹਨਾਂ ਨੇ ਸ਼ਹਿਰ ਦਾ ਵਿਕਾਸ ਕੀਤਾ ਜੀ, ਬਥੇਰੇ ਕੰਮ ਕੀਤੇ ਆ, ਅਸੀਂ ਉਹਨਾਂ ਨੂੰ ਵਧੀਆ ਕਹਿੰਦੇ ਹਾਂ ਜੀ। ਬਿਲਕੁਲ, ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਬਾਜ਼ਾਰਾਂ 'ਚ ਖੜ੍ਹੇ ਹਾਂ, ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰਕਾਰ, ਕਿਉਂਕਿ ਇਹ ਬੈਲਟ ਦੇ ਉੱਤੇ ਕਾਫੀ ਦੇਰ ਤੋਂ BJP ਦਾ ਕਬਜ਼ਾ ਹੈ, ਔਰ BJP ਦੇ ਇੱਥੋਂ ਮੈਂਬਰ ਪਾਰਲੀਮੈਂਟ ਵੀ ਨੇ, ਤਾਂ ਕੁਛ ਹੋਰ ਲੋਕਾਂ ਨਾਲ ਗੱਲ ਕਰਨੀ ਹੈ ਦੁਕਾਨਦਾਰਾਂ ਕੋਲ। ਭਾਅ ਜੀ ਕੀ ਹਾਲ ਜੀ? ਅਸਰ ਕਿਹਦਾ ਜ਼ੋਰ ਹੈ ਫਿਰ ਇੱਥੇ? BJP ਦਾ। ਹੈਂਜੀ? BJP BJP
ਤੇ ਇਸ ਵਾਰ ਝਾੜੂ ਦੇ ਵੀ ਨਵੇਂ ਕੈਂਡੀਡੇਟ ਆਏ ਆ, ਭਾਵੇਂ ਆਏ ਆ ਭਾਜੀ, ਜਿਹੜੇ ਕੰਮ ਕਰਨੇ ਉਹਨੂੰ ਹੀ ਲੈ ਕੇ ਜਾਣਾ, ਜਿਹੜਾ ਕੰਮ ਕਰੂਗਾ ਵੋਟ ਤਾਂ ਉਹੀ ਲੈ ਕੇ ਜਾਊਗਾ। ਬਿਲਕੁਲ, ਇਸ ਕਰਕੇ ਆਪਣੇ ਕੰਮ ਜਿਹੜੇ ਕੀਤੇ ਸੀ ਉਹਨੂੰ ਕਹਿਣਾ। ਬਿਲਕੁਲ, ਬੀਜੇਪੀ ਦੇ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਲੋਕ, ਤਾਂ ਕੁਛ ਹੋਰ ਵੀ ਲੋਕਾਂ ਨਾਲ ਗੱਲ ਕਰ ਰਹੇ ਹਾਂ। ਸਵੇਰੇ ਸਵੇਰੇ ਬਾਜ਼ਾਰ ਦੇ ਵਿੱਚ ਉਤਰੇ ਹਾਂ ਔਰ ਬਾਜ਼ਾਰ ਦੇ ਵਿੱਚ ਅਕਸਰ ਲੋਕ ਜਿਹੜੇ ਨੇ ਕਰਦੇ ਨੇ, ਤਾਂ ਇੱਕ ਭਾਅ ਜੀ ਬੈਠੇ ਨੇ, ਲੋਕਾਂ ਨੂੰ ਅੱਜ ਕੱਲ੍ਹ ਗਰਮੀ ਬਹੁਤ ਆ, ਠੰਡਾ ਮੌਸਮ ਦੇ ਰਹੇ ਨੇ। ਭਾਅ ਜੀ ਫਿਰ ਕਿਹਦਾ ਜ਼ੋਰ ਆ ਤੁਹਾਡੇ ਇਲਾਕੇ 'ਚ? ਜ਼ੋਰ ਭਾਅ ਜੀ ਐਤਕੀ ਪਤਾ ਨਹੀਂ ਲੱਗਦਾ ਹੈਗਾ, ਜ਼ੋਰ ਕਾਂਗਰਸ ਦਾ ਵੀ ਹੈ, ਫੁੱਲ ਦਾ ਵੀ ਆ, ਅਤੇ ਆਮ ਪਾਰਟੀ ਦਾ ਵੀ ਆ, ਸਾਰੇ ਸਾਲਾਂ ਦਾ ਜ਼ਿਆਦਾ ਫੁੱਲ ਦਾ ਜ਼ੋਰ ਹੀ ਆ। ਫੁੱਲ ਦਾ ਜ਼ੋਰ ਆ, ਤੁਸੀਂ ਫੁੱਲ ਦਾ ਜ਼ੋਰ ਹੀ ਆ? ਹਾਂਜੀ। ਅੱਛਾ, ਅਤੇ ਆਮ ਆਦਮੀ ਪਾਰਟੀ ਦੇ ਨਵੇਂ ਉਮੀਦਵਾਰ ਆਏ ਆ ਕੀ? ਆਹ ਜੀ, ਉਹ ਵੀ ਬੰਦੇ ਤਾਂ ਵਧੀਆ ਵਾ, ਕੰਮ ਕਰਾਉਂਦੇ ਪਏ ਉਹ ਵੀ, ਪਰ ਜ਼ੋਰ ਜ਼ੋਰ ਸਾਰੇ ਪਾਰਟੀਆਂ ਦਾ ਪਤਾ ਨਹੀਂ ਲੱਗਦਾ, ਐਤਕੀ ਤਾਂ ਪਤਾ ਨਹੀਂ ਲੱਗਦਾ ਵੀ ਜ਼ੋਰ ਦਾ। ਬਿਲਕੁਲ, ਤਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਲਗਾਤਾਰ, ਤਾਂ ਕੁਛ ਹੋਰ ਵੀ? ਹਾਂਜੀ ਭਾਅ ਜੀ, ਫਿਰ ਕਿਹਦਾ ਜ਼ੋਰ ਆ? ਤਾਂ ਬਿਲਕੁਲ ਕੁਛ ਹੋਰ ਵੀਰਾਂ ਨਾਲ ਗੱਲਬਾਤ ਕਰਾਂਗੇ। ਸਰ ਸਰ ਚੋਣਾਂ ਆ ਗਈਆਂ, ਫਿਰ ਕਿਹਦਾ ਜ਼ੋਰ ਹੈ ਜੀ ਇਸ ਵੇਲੇ ਚੱਲ ਰਿਹਾ ਜੀ ਫਗਵਾੜੇ 'ਚ? ਫਗਵਾੜੇ ਸੋਮ ਪ੍ਰਕਾਸ਼ ਨਾ ਜੀ। ਹਾਂਜੀ ਸੋਮ ਪ੍ਰਕਾਸ਼, ਸੋਮ ਪ੍ਰਕਾਸ਼ ਜੀ। ਹਾਂਜੀ ਭਾਅ ਜੀ, ਨਹੀਂ ਤਾਂ ਸੋਮ ਪ੍ਰਕਾਸ਼, ਸੋਮ ਪ੍ਰਕਾਸ਼। ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਫਗਵਾੜੇ ਮੌਜੂਦ ਹਾਂ, ਤਾਂ ਬੀਜੇਪੀ ਦਾ ਇੱਥੇ ਇੱਕ ਗੜ੍ਹ ਮੰਨਿਆ ਜਾਂਦਾ ਹੁਸ਼ਿਆਰਪੁਰ ਦੀ ਜਿਹੜੀ ਸੀਟ ਹੈ। ਭਾਅ ਜੀ ਕੀ ਹਾਲ ਜੇ? ਜੀ ਤੁਸੀਂ ਸੁਣਾਓ ਕੀ ਹਾਲ ਚਾਲ ਜੀ? ਕੌਣ ਜਿੱਤ ਰਿਹਾ ਜੀ ਇੱਥੇ ਫਗਵਾੜੇ 'ਚ? ਫਗਵਾੜੇ 'ਚ ਸੋਰੀ ਜੀ, ਪੱਕਾ ਨਹੀਂ ਪਤਾ, ਦੇਖੋ ਗੈ ਲੱਕ ਆ ਜੀ ਹਰਕਤ ਹੈ, ਤਾਂ ਇਹ ਪਤਾ ਲੱਗੂ ਆ ਸਾਡੇ ਸਰ। ਤਾਂ ਹਾਂਜੀ ਭਾਅ ਜੀ, ਫਿਰ ਕਿਹਦਾ ਜ਼ੋਰ ਆ ਭਾਅ ਜੀ ਇਹ ਆਮ ਆਦਮੀ ਦਾ ਜ਼ੋਰ ਆ, ਆਮ ਆਦਮੀ ਪਾਰਟੀ ਦਾ? ਆਮ ਆਦਮੀ ਪਾਰਟੀ ਦਾ ਆਮ ਆਦਮੀ ਕਾਰਨ ਕਾਰਨ ਹੁਣ ਕੰਮ ਕਰ ਰਹੇ ਆ ਸਾਰੇ, ਬਿਜਲੀ ਫਰੀ, ਮੋਟਰਾਂ ਨੂੰ ਬੱਤੀ ਫਰੀ। ਅਸੀਂ ਤਾਂ ਜਿੱਦਾਂ ਭਗਵੰਤ ਮਾਨ ਕਹਿੰਦਾ ਸੀ ਵੀ ਰਾਤ ਨੂੰ ਨੱਕੇ ਹੋਏ ਮੋਟਰਾਂ ਬੰਦ ਕਰਕੇ ਜਾਇਓ ਘਰ ਸੋਇਓ, ਉੱਦਾਂ ਹੀ ਸੌਂ ਰਹੇ ਨਜ਼ਾਰੇ ਨਾਲ। ਤਾਂ ਬਿਲਕੁਲ ਕੁਛ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਇਲੈਕਸ਼ਨ ਆ ਗਏ, ਕਿਹੜੀ ਪਾਰਟੀ ਦਾ ਜ਼ੋਰ ਚੱਲ ਰਿਹਾ ਜੀ ਫਗਵਾੜੇ ਦੇ ਵਿੱਚ, ਕਿਉਂਕਿ ਬੜੀ ਇੰਪੋਰਟੈਂਟ ਬੈਲਟ ਹੈ? ਅਸੀਂ ਤਾਂ ਅਕਾਲੀ ਦਲ ਨੂੰ ਬਿਲੋਂਗ ਕਰ ਰਹੇ ਹਾਂ। ਅੱਛਾ, ਸਾਡੀ ਜਗ੍ਹਾ ਤਾਂ ਉਹਨੇ ਜਿੱਤਣਾ ਹੈ। ਅੱਛਾ, ਤੁਸੀਂ ਵੋਟ ਅਕਾਲੀ ਦਲ ਨੂੰ? ਅਕਾਲੀ ਦਲ ਨੂੰ ਆਉਣੀ ਹੈ। ਤਾਂ ਬਿਲਕੁਲ ਅਕਾਲੀ ਦਲ ਦੇ ਸਪੋਰਟਰ ਵੀ ਨੇ, ਕੁਛ ਹੋਰ ਵੀ ਵੀਰ ਬੈਠੇ ਨੇ। ਭਾਅ ਜੀ ਫਿਰ ਕਿਹਦਾ ਜ਼ੋਰ ਸ਼ੋਰ ਹੈ? ਨਹੀਂ ਵੀ ਸਾਡਾ ਵੀ ਅਕਾਲੀ ਦਲ ਹੀ ਹੈ। ਅਕਾਲੀ ਦਲ ਹੀ ਹੈ ਤੁਹਾਡਾ ਵੀ? ਸੇਮ ਹੈ ਭਾਜੀ। ਤਾਂ ਬਿਲਕੁਲ ਅਕਾਲੀ ਦਲ ਦੇ ਸਮਰਥਕ ਨੇ, ਉਹਨਾਂ ਨੇ ਪਹਿਲੇ ਕਹਿ ਦਿੱਤਾ ਕਿ ਅਸੀਂ ਅਕਾਲੀ ਦਲ ਦੇ ਸਮਰਥਕ ਹਾਂ, ਤਾਂ ਵੋਟ ਅਸੀਂ ਅਕਾਲੀ ਦਲ ਨੂੰ ਹੀ ਪਾਣੀ ਹੈ। ਤਾਂ ਇਹ ਗੱਲ ਕਾਫੀ ਕੁਛ ਕਲੀਅਰ ਕਰਦੀ ਹੈ ਕਿ ਲੋਕ ਕਿੱਦਾਂ ਨੂੰ ਜਾਂਦੇ ਨੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਅ ਜੀ ਫਿਰ ਵੋਟ ਕਿਹਨੂੰ ਪੈਣੀ ਹੈ? ਵੋਟ ਤਾਂ ਦੇਖੋ ਜੀ ਕਿਸੇ ਦੇ ਕੰਮ ਨੂੰ ਨਹੀਂ ਪੈਣੀ। ਅੱਛਾ, ਨੋਟਾਂ ਨੂੰ ਹੀ ਪੈਣੀ ਵੋਟ? ਨੋਟਾਂ ਨੂੰ ਜੀ। ਕਾਰਨ? ਕਾਰਨ ਇੱਕ ਤਾਂ ਮਹਿੰਗਾਈ ਬਹੁਤ ਆ, ਮਹਿੰਗਾਈ ਦੇ ਕਾਰਨ ਹੀ ਹੈ ਜੀ, ਨਾ ਕੰਮ ਕਾਰ ਹੈਗਾ। ਦੇਖੋ ਰੋਡ ਸਾਰੇ ਵਿਹਲੇ ਪਏ ਆ, ਰੁਜ਼ਗਾਰ ਹੋਏਗਾ ਤਾਂ ਵੋਟ ਹੋਏਗੀ। ਬਿਲਕੁਲ, ਰੁਜ਼ਗਾਰ ਨੂੰ ਵੋਟ ਪੈਣੀ ਹੈ, ਤਾਂ ਜਿੱਥੇ ਸਰਕਾਰਾਂ ਰੁਜ਼ਗਾਰ ਦੀ ਗੱਲ ਕਰ ਰਹੀਆਂ ਨੇ, ਤਾਂ ਦੂਜੇ ਪਾਸੇ ਲੋਕਾਂ ਨੇ ਕਿਹਾ ਕਿ ਬਾਜ਼ਾਰ ਖਾਲੀ ਨੇ, ਤਾਂ ਇਸ ਕਰਕੇ ਜਿਹੜਾ ਹੈ ਵੋਟ ਜਿਹੜੀ ਹੈ ਇਸ ਵਾਰ ਕਾਫੀ ਟਰਨ ਆਊਟ ਹੋਏਗੀ। ਤਾਂ ਕੁਛ ਲੋਕਾਂ ਨਾਲ ਗੱਲ ਕਰਦੇ ਆ। ਭਾਅ ਜੀ ਹਾਂਜੀ ਸਤਿ ਸ਼੍ਰੀ ਅਕਾਲ। ਕਿਹੜੀ ਕਿਹਦਾ ਜ਼ੋਰ ਹੈ ਜੀ ਭਾਅ ਜੀ? ਫਿਰ ਨਹੀਂ ਉਹਦੇ ਬਾਰੇ, ਇਲੈਕਸ਼ਨ ਬਾਰੇ ਨਹੀਂ ਪਤਾ। Hello, how are you? How are you? Okay, I'm all right, thank you. There is election in India, what do you want to say on that? I don't know, because I don't come from England. I come from England, sorry. I'm here on holiday. Anji ma'am, what do you want to say? No. ਤਾਂ ਤੁਸੀਂ ਦੇਖ ਸਕਦੇ ਹੋ ਕਿ NRI ਬੈਲਟ ਹੈ ਔਰ ਅਕਸਰ ਲੋਕ ਜਿਹੜੇ ਇੱਥੇ ਬਾਹਰੋਂ ਆਉਂਦੇ ਨੇ, ਤਾਂ ਉਹਨਾਂ ਨਾਲ ਅਸੀਂ ਵੈਸੇ ਹੀ ਜਾਇਜ਼ਾ ਲਿੱਤਾ, ਤਾਂ ਕੁਛ ਹੋਰ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਕਿਹਦਾ ਜ਼ੋਰ ਜੇ? ਤਾਂ ਬਿਲਕੁਲ ਲੋਕ ਦਬੀ ਜ਼ਬਾਨ 'ਚ ਗੱਲ ਕਰ ਰਹੇ ਨੇ, ਤਾਂ ਕੁਛ ਹੋਰ ਲੋਕਾਂ ਨਾਲ ਬਾਜ਼ਾਰ ਦੇ ਵਿੱਚ ਆਏ ਹਾਂ, ਤਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਕੀ ਕਹਿੰਦੇ ਨੇ ਲੋਕ। ਸਰਦਾਰ ਜੀ ਬੈਠੇ ਨੇ,
ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਫਿਰ ਕਿਹਦਾ ਜ਼ੋਰ ਹੈ ਐਤਕੀ ਫਗਵਾੜੇ ਦੇ ਵਿੱਚ? ਫਗਵਾੜੇ ਦੇ ਸਾਰਿਆਂ ਦਾ ਜ਼ੋਰ ਹੀ ਆ, ਕੰਮ ਸਾਰੇ ਪਾਰਟੀਆਂ ਕਰਨ ਵਾਲੀਆਂ ਹੀ ਆ। ਅੱਛਾ ਜੀ, ਤਾਂ ਫਿਰ ਵੀ ਕਿਹਦਾ ਜ਼ੋਰ ਚੱਲ ਰਿਹਾ ਇੱਕ? ਝਾੜੂ ਦਾ ਜ਼ੋਰ ਚੱਲਦਾ, ਝਾੜੂ ਦਾ ਜ਼ੋਰ ਚੱਲਦਾ। ਹਾਂਜੀ ਹਾਂਜੀ, ਅਤੇ ਫੀ ਬੀਜੇਪੀ ਦੀ ਇਹ ਬੈਸਟ ਸੀਟ ਮੰਨੀ ਜਾਂਦੀ ਵੈਸੇ? ਝਾੜੂ ਦਾ ਜ਼ੋਰ ਹੈ ਇਸ ਟਾਈਮ, ਫਗਵਾੜੇ ਦਾ ਝਾੜੂ ਦਾ ਜ਼ੋਰ ਆ। ਝਾੜੂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਕੁਛ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਤਾਂ ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਫਿਰ ਕਿਹਦਾ ਜ਼ੋਰ ਚੱਲ ਰਿਹਾ ਜੀ ਇਲੈਕਸ਼ਨ 'ਚ ਇੱਥੇ ਫਗਵਾੜੇ 'ਚ? ਮੇਰਾ ਇਲਾਕਾ ਹੋ ਰਿਹਾ, ਬਿਲਕੁਲ ਇਲਾਕਾ ਹੋ ਰਿਹਾ। ਤਾਂ ਕੁਛ ਹੋਰ ਨੌਜਵਾਨ ਨਾਲ ਗੱਲ ਕਰਦੇ ਹਾਂ। ਵੀਰ ਜੀ ਫਿਰ ਕਿਹਦਾ ਜ਼ੋਰ ਹੈ ਜੀ ਤੁਹਾਡੇ ਇਲਾਕੇ 'ਚ? ਜ਼ੋਰ ਤਾਂ ਇਹ ਪਤਾ ਨਹੀਂ ਜੀ, ਕਾਂਗਰਸ ਹੋ ਸਕਦਾ ਅਤੇ ਬੀਜੇਪੀ ਦਾ ਵੀ ਹੋ ਸਕਦਾ ਜੀ। ਹਾਂਜੀ, ਤੁਸੀਂ ਵੋਟ ਕਿਹਨੂੰ ਪਾਣੀ, ਕਾਂਗਰਸ ਬੀਜੇਪੀ? ਇਹਦਾ ਸੋਚਿਆ ਨਹੀਂ, ਵੋਟ ਪਾਣੀ ਕਿ ਨਹੀਂ ਪਾਣੀ? ਵੋਟ ਪਾਣੀ ਹੈ ਨਾ, ਵੋਟ ਪਾਵਾਂਗੇ ਜ਼ਰੂਰ, ਪਰ ਹਜੇ ਪਤਾ ਨਹੀਂ ਕਿਹਨੂੰ ਪਾਣੀ, ਸੋਚਿਆ ਨਹੀਂ। ਬਿਲਕੁਲ, ਇਹ ਜਿਹੜਾ ਵੋਟਰ ਹੈ ਇੱਕ ਅਲੱਗ ਤਰ੍ਹਾਂ ਦਾ ਵੋਟਰ ਹੁੰਦਾ ਹੈ ਜੋ ਕਿ ਮੌਕੇ 'ਤੇ ਮੈਡਮ ਬੈਠੇ ਨੇ ਉਹਨਾਂ ਨਾਲ ਗੱਲ ਕਰਨ ਦੀ। ਮੈਡਮ ਕੀ ਹਾਲ ਚਾਲ ਹੈ ਜੀ? ਹਾਂਜੀ ਮੈਡਮ, ਇਲੈਕਸ਼ਨ ਆ ਗਏ ਹੈ ਅਤੇ ਕਿਹੜੀ ਪਾਰਟੀ ਪਸੰਦ ਹੈ ਜੀ ਤੁਹਾਨੂੰ? ਆਪ ਆਪ ਹਾਂਜੀ ਰੀਜ਼ਨ? ਕਿਉਂਕਿ ਅੱਜ ਤੱਕ ਕੋਈ ਵੀ ਮਿਨਿਸਟਰ ਜੋ ਵੀ ਆਏ ਆ ਸਾਨੂੰ ਹਰੇਕ ਕਿਸੇ ਨੇ ਕੁਛ ਨਹੀਂ ਦਿੱਤਾ। ਜੋ ਕੁਛ ਵੀ ਹੈ ਯਾਨੀ ਬਿਜਲੀ ਦਾ ਹੀ ਬਿੱਲ ਆ ਕੁਛ ਤਾਂ ਐਟਲੀਸਟ ਸਾਨੂੰ ਮਿਲਿਆ ਨਾ, ਉਹਦੀ ਵਜ੍ਹਾ ਕਰਕੇ ਸਾਨੂੰ ਲੱਗਦਾ ਕਿ ਰੀਜ਼ਨ ਇਹੀ ਹੈ ਲਾਸਟ ਆਮ ਆਦਮੀ ਪਾਰਟੀ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਦੇ ਬਿੱਲ ਦਾ ਫੈਕਟਰ ਇਸ ਵੇਲੇ ਪੂਰੇ ਪੰਜਾਬ 'ਚ ਨਜ਼ਰ ਆ ਰਿਹਾ ਹੈ। ਤਾਂ ਪੰਜਾਬ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਔਰ ਹਰ ਕੌਂਸਟੀਟੈਂਸੀ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕੁਛ ਹੋਰ ਲੋਕਾਂ ਨਾਲ। ਹਾਂਜੀ, ਵੋਟ ਬਣੀ ਆਪਣੀ? ਮੈਂ ਭਾਈ ਕੀ ਦੇਣਾ, ਮੈਨੂੰ ਤਾਂ ਮੇਰੀ ਉਮਰ ਹੀ ਨਹੀਂ ਹੈਗੀ, ਉਮਰ ਹੀ ਨਹੀਂ ਹੈਗੀ। ਤਾਂ ਬਿਲਕੁਲ ਕੁਛ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਜਿਹੜੇ ਇੱਥੇ ਲੋਕ ਮੌਜੂਦ ਨੇ ਤਾਂ ਭਾਈ ਸਾਹਿਬ ਬੈਠੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ, ਇਲੈਕਸ਼ਨ ਆ ਗਈ ਫਿਰ ਵੋਟ ਕਿਹਨੂੰ? ਬਿਲਕੁਲ ਭਾਅ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਫਿਰ ਕਿਹਦੀ ਪਾਰਟੀ ਪਸੰਦ ਹੈ ਜੀ, ਕਿਹਨੂੰ ਵੋਟ ਪੈ ਰਹੀ ਹੈ? ਬਸ ਜਿਹੜੀ ਲੋਕਾਂ ਲਈ ਕੰਮ ਕਰੂਗੀ ਉਹਨੂੰ ਵੋਟ ਪਾਵਾਂਗੇ। ਅਤੇ ਕਿਹੜੀ ਲੋਕਾਂ ਵਾਸਤੇ ਕੰਮ ਕਰ ਰਹੀ ਹੈ? ਇਹ ਹੁਣ ਅਸੀਂ ਓਪਨਲੀ ਨਹੀਂ ਦੱਸ ਸਕਦੇ ਜੀ। ਅੱਛਾ, ਹਾਂਜੀ ਵੋਟ ਪਾਣੀ ਨਾ? ਵੋਟ ਜ਼ਰੂਰ ਪਾਣੀ ਹੈ ਮਹਾਰਾਜ, ਕੰਮ ਨੂੰ ਵੋਟ ਪਾਣੀ ਹੈ। ਹਾਂਜੀ ਹਾਂਜੀ, ਬਿਲਕੁਲ ਕੰਮ ਨੂੰ ਵੋਟ ਪਾਣੀ ਹੈ ਤਾਂ। ਹਾਂਜੀ ਸਰ, ਵੋਟ ਕਿਹਨੂੰ ਪਾਣੀ ਜੀ? ਉਹ ਵੀ ਪ੍ਰੋਗਰਾਮ ਨਹੀਂ ਬਣਿਆ ਜੀ। ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਫਗਵਾੜੇ ਦੇ ਵਿੱਚ ਮੌਜੂਦ ਹਾਂ। ਤਾਂ ਲੋਕਾਂ ਨੇ ਹਰ ਤਰ੍ਹਾਂ ਦੀ ਆਪਣਾ ਜ਼ਿਕਰ ਕੀਤਾ ਹੈ ਔਰ ਲੋਕ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਅਸੀਂ ਕੰਮ ਵਾਲੇ ਲੋਕਾਂ ਨੂੰ ਵੋਟ ਪਾਣੀ। ਅਤੇ ਇਸ ਦੇ ਨਾਲ ਨਾਲ ਖਾਸ ਕਰਕੇ 300 ਯੂਨਿਟ ਬੱਤੀ ਦਾ ਜਿਹੜਾ ਇੱਕ ਫੰਡਾ ਹੈ ਉਹ ਇੱਥੇ ਲੋਕਾਂ ਨੂੰ ਜਚਦਾ ਹੋਇਆ ਨਜ਼ਰ ਆ ਰਿਹਾ। ਲੋਕ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਅੱਜ ਤੱਕ ਦੀ ਸਰਕਾਰਾਂ ਨੇ ਕੁਛ ਨਹੀਂ ਦਿੱਤਾ, ਲੇਕਿਨ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ 300 ਯੂਨਿਟ ਬੱਤੀ ਜ਼ਰੂਰ ਫ੍ਰੀ ਮਿਲੀ ਹੈ। ਤਾਂ ਉਸ ਬੱਤੀ ਦਾ ਫੈਕਟਰ ਸਾਫ਼ ਨਜ਼ਰ ਆ ਰਿਹਾ ਹੈ। ਫਗਵਾੜਾ ਤੋਂ ਅਸੀਂ ਡਿਟੇਲ ਦਿੱਤੀ ਹੈ ਤਾਂ ਹੋਰ ਵੀ ਸੂਬਿਆਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਫਗਵਾੜਾ।